कबीर प्रीत
जैसा तू
जैसा तू तैसा तू ही आन डूबता जाए जैसा तू तैसा तू ही क्या उपमा दीजे क्या उपमा दीजे मू लालन सो प्रीत बनी आन दुबधा जाए मू लालन सो प्रीत बनी तोरी ना टूटे तोरी ना टूटे छोरी ना छूटे ऐसी माधो खिंच तनी आन दुबधा जाए दिम सरैन मन माहे बसत है दिम सरैन मन माहे बसत है करो कृपा आन दुबधा जाए कमन हमारा प्रीत एक सौंपी तुझ बिन कमन हमारा मेरे प्रीत में प्राण आधारा सर्व सुखा मैं तुझते पाए सर्व सुखा मैं तुझते पाए मेरे ठाकुर अगर बोले वर्ण न सको तुमरे रंगा सको तुम रे रंगा गुण निधान सुख दाते अगम अरोचन प्रभु अपनासी पूरे भुरते जाते पूरे गुरते जाते
ਸਾਹਿਬ ਅਵਰ ਨਾ ਹੋਰ ਦੂਜਾ ਨਹੀਂ ਔਰ ਕੋ ਚਿਤ ਸਿਮਰਨ ਕਰੋ ਚਿਤ ਸਿਮਰਨ ਕਰੋ ਨੈਣ ਅਵਲੋਕਨ ਸਰਵਣ ਬਾਣੀ ਸੁਜਸ ਪੂਰ ਰੱਖੋ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਜੇ ਤੂੰ ਉਠਾਏ ਕਿਰਪਾ ਨਿਦਾਨ ਆਨ ਦੁਬਦਾ ਜਾਏ ਜੇ ਤੂੰ ਉਠਾਏ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਆਨ ਦੁਬਦਾ ਜਾਏ ਨਾ ਦੂਜਾ ਵੇਖਾਲ ਗਿਣੀ ਜਾ ਸਕਦੀ ਨਾ ਕੁਦਰਤ ਦੇ ਹੋਰ ਅਡੰਬਰ ਮਾਪੇ ਜਾ ਸਕਦੇ ਨੇ ਤੇ ਫਿਰ ਕਿੱਡੀ ਅਜੀਬ ਗੱਲ ਹੈ ਇਸ ਲੁਕਾਈ ਵਿੱਚ ਬਹੁਤ ਸਾਰੇ ਲੋਕ ਉਹ ਵੀ ਨੇ ਜਿਹੜੇ ਆਪਣੇ ਆਪ ਨੂੰ ਮਹਾਨ ਸਾਬਤ ਕਰਦੇ ਨੇ ਕਰੋੜਾਂ ਪਰ ਮੇਰੇ ਮਾਲਕ ਦੀ ਇੱਕ ਰਹਿਮਤ ਹੈ ਜਦੋਂ ਮੈਂ ਇਹ ਗੱਲ ਵਿਸ਼ਵਾਸ ਵਿੱਚ ਲੈ ਆਉਂਦੀ ਹੈ ਕਿ ਤੇਰੇ ਵਰਗਾ ਕੋਈ ਨਹੀਂ ਤੇਰੇ ਵਰਗਾ ਤਾਂ ਹੋਰ ਕਿਤੇ ਰਿਹਾ
ਤੇਰੇ ਇੱਕ ਰੋਮ ਦੇ ਬਰਾਬਰ ਵੀ ਕੋਈ ਨਹੀਂ। ਵਿਚਾਰ ਸ਼ੁਰੂ ਹੁੰਦੀ ਕਿਉਂਕਿ ਲੜੀਵਾਰ ਚੱਲ ਰਿਹਾ ਹੈ, ਤੁਹਾਡੀ ਪੇਸ਼ੈਂਸ ਤੋਂ ਵੀ ਕੁਰਬਾਨ ਵਰੇ ਬੀਤ ਗਏ ਨੇ ਬਾਬਾ ਕਬੀਰ ਜੀ ਦੀ ਬਾਣੀ ਦੀ ਲੜੀ ਚੱਲਦਿਆਂ। ਕਿਹੜੀ ਇਕਾਗਰਤਾ ਨਾਲ ਆਉਣ ਵਾਲੇ ਹਫ਼ਤੇ ਦੀ ਉਡੀਕ ਕਰਕੇ ਬੈਠਦੇ ਹੋ, ਅਗਲਾ ਸ਼ਬਦ ਫਿਰ ਵੇਖੀਏ। ਬਾਬਾ ਕਬੀਰ ਜੀ ਦੀ ਰਚਨਾ ਦੀ ਲੜੀ ਚੱਲਦੇ ਹਾਂ, 7-8 ਸਾਲ ਤਾਂ ਹੋ ਗਏ। ਹੁਣ ਆਪਾਂ ਸਲੋਕਾਂ 'ਤੇ ਪਹੁੰਚੇ ਹੋਏ ਹਾਂ, ਬਾਬਾ ਕਬੀਰ ਜੀ ਦੇ ਸਲੋਕਾਂ 'ਤੇ। ਅਤੇ ਮੈਂ ਅਰਜ਼ ਕੀਤੀ ਸੀ ਸਲੋਕਾਂ ਦਾ ਹਰ ਇੱਕ ਦਾ ਆਪਣਾ ਇੱਕ ਦਾਇਰਾ ਹੈ, ਕੋਈ ਸ਼ਾਇਰ ਦੁਨੀਆਂ ਦਾ ਸ਼ਾਇਰ
ਉਹਨੇ ਕੋਈ ਕਹਾਣੀ ਆਪਣੀ ਕਿਸੇ ਕਾਵਿ ਰਚਨਾ ਵਿੱਚ ਰੱਖਣੀ ਹੋਵੇ, ਪੂਰੀ ਕਹਾਣੀ ਨੂੰ ਸਮੇਟਦਿਆਂ ਉਹਨੂੰ ਬਹੁਤ ਸਾਰਾ ਦਾਇਰਾ ਚਾਹੀਦਾ। ਕਵਿਤਾ ਆਪਣੇ ਆਪ ਹੀ ਲੰਬੀ ਹੋ ਜਾਂਦੀ ਹੈ, ਪਰ ਕਿੰਨੇ ਮਹਾਨ ਨੇ ਬਾਬਾ ਕਬੀਰ ਜੀ, ਉਹਨਾਂ ਦੀ ਰਚਨਾ, ਉਹਨਾਂ ਦੀ ਸ਼ੈਲੀ, ਕਿ ਹਰ ਸ਼ਲੋਕ ਕਰੀਬ ਕਰੀਬ ਦੋ ਤੁਕਾਂ ਦਾ ਹੈ। ਦੋ ਤੁਕਾਂ ਅੰਦਰ ਆਪਣਾ ਇੱਕ ਸਬਜੈਕਟ ਕੰਪਲੀਟ ਕਰ ਜਾਂਦੇ ਨੇ। ਅਸੀਂ ਦੇਖ ਰਹੇ ਹਾਂ ਲਗਾਤਾਰ, ਪਰ ਉਹਦੇ ਵਿੱਚ ਜੇ ਐਨੀ ਥੋੜੇ ਜਿਹੇ ਵਕਫੇ ਵਿੱਚ ਕੋਈ ਚੀਜ਼ ਕੰਪਲੀਟ ਕਰਨੀ ਹੋਵੇ ਤੇ ਜਿਹਨੇ ਸੁਣਨੀ ਸਮਝਣੀ ਉਹਦੇ ਵੀ ਧਿਆਨ ਯੋਗ ਕੁਛ ਗੱਲਾਂ ਹੁੰਦੀਆਂ ਨੇ, ਸਾਡਾ ਤੁਹਾਡਾ ਫਰਜ਼ ਬਣਦਾ। ਜੇ ਅਸੀਂ ਅਵਗਿਆ ਕਰ ਗਏ, ਅਗਲਾ ਖਿਆਲ ਪਿੱਛੇ ਲੈ ਗਏ, ਪਿਛਲੇ ਖਿਆਲ ਨੂੰ ਅੱਗੇ ਲੈ ਗਏ, ਤਾਂ ਅਵਗਿਆ ਹੋ ਜਾਏਗੀ। ਪਤਾ ਨਹੀਂ ਇਹੋ ਕਾਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਹੀ ਥਾਵੇਂ ਰਹਾਉ ਵਰਤਿਆ ਗਿਆ ਹੈ। ਰਹਾਉ ਦਾ ਮਤਲਬ ਇਹ ਹੈ ਵੀ ਮਨੁੱਖ ਨੂੰ ਭਟਕਣਾ ਨਾ ਪਵੇ, ਕਿਸ ਗੱਲ ਨੂੰ ਕੇਂਦਰ ਮੰਨਣਾ। ਸ਼ਬਦ ਭਾਵੇਂ 10 ਲਾਈਨਾਂ ਦਾ ਹੈ, 20 ਲਾਈਨਾਂ ਦਾ ਹੈ, ਪਰ ਰਹਾਉ ਦਾ ਲਫ਼ਜ਼ ਜਿਹੜਾ ਹੈ ਨਾ, ਉਹ ਇਸ ਗੱਲ ਦਾ ਸੰਕੇਤ ਹੈ ਕਿ ਕੇਂਦਰੀ ਭਾਵ ਇੱਥੇ ਰਹਿੰਦਾ ਹੈ, ਤਾਂ ਕਿ ਮਨੁੱਖ ਨੂੰ ਉਸਦਾ ਕੇਂਦਰ, ਭਾਵਕ ਕੇਂਦਰ ਲੱਭਣਾ ਨਾ ਪਵੇ, ਭਟਕਣਾ ਨਾ ਪਵੇ। ਜਦੋਂ ਅਸੀਂ ਕੇਂਦਰੀ ਭਾਵ ਛੱਡ ਜਾਂਦੇ ਹਾਂ ਨਾ, ਉਹ ਐਸੀ ਭਟਕਣਾ ਹੋ ਜਾਂਦੀ ਹੈ, ਮੁੜ ਕੇ ਕਈ ਵਾਰ ਦਰਵਾਜ਼ਾ ਹੀ ਨਹੀਂ ਲੱਭਦਾ। ਹੁਣ ਇਸ ਸ਼ਲੋਕ ਵਿੱਚ ਵੀ ਸਾਡੇ ਕੋਲੋਂ ਇੱਕ ਅਵਗਿਆ ਹੋਈ ਹੈ। ਆਮ ਕਰਕੇ ਅਸੀਂ ਪਹਿਲੀ ਲਾਈਨ ਨੂੰ, ਬਾਬਾ ਕਬੀਰ ਜੀ ਦੀ ਪਹਿਲੀ ਲਾਈਨ ਨੂੰ ਛੱਡ ਕੇ ਦੂਜੀ ਲਾਈਨ 'ਤੇ ਜ਼ਿਆਦਾ ਜ਼ੋਰ ਪਾ ਦਿੱਤਾ। ਪਹਿਲੀ ਲਾਈਨ ਮੇਰੇ ਖਿਆਲ ਬਹੁਤ ਸਾਰੇ ਲੋਕਾਂ ਨੂੰ ਯਾਦਦਾਸ਼ਤ ਵਿੱਚ ਵੀ ਨਹੀਂ ਆਈ। ਲਓ ਜੀ, ਬਾਬਾ ਕਬੀਰ ਕਹਿੰਦੇ ਨੇ ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰੜ ਮੁੰਡਾ ਹੈ, ਬਸ ਇਹਨੂੰ ਜ਼ਿਆਦਾ ਪ੍ਰੈਸ਼ਰ ਨਾਲ ਜ਼ਿਆਦਾ ਜ਼ੋਰ ਦੇ ਕੇ ਪੜ੍ਹਿਆ ਜਾਂਦਾ ਹੈ। ਜਦੋਂ ਕਿਤੇ ਆਪਸ ਵਿੱਚ ਗੱਲਬਾਤ, ਵਿਚਾਰ ਵਟਾਂਦਰਾ ਵੀ ਹੁੰਦਾ ਹੈ, ਗੋਸ਼ਟੀ ਵੀ ਹੁੰਦੀ ਹੈ, ਕੁਛ ਵਿਚਾਰਵਾਨ ਵੀ ਇਸ ਗੱਲ 'ਤੇ ਖੜੋ, ਵੇਖੋ ਜੀ ਬਾਬਾ ਕਬੀਰ ਜੀ ਨੇ ਆਖ ਦਿੱਤਾ ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰੜ ਮੁੰਡਾ ਹੈ। ਉਹ ਆਖਣਾ ਇਹ ਚਾਹੁੰਦਾ ਵੀ ਕੇਸਾਂ ਦੀ ਕੋਈ ਵੈਲਿਊ ਨਹੀਂ, ਪਰ ਜੇ ਤੁਸੀਂ ਪਹਿਲੀ ਲਾਈਨ ਨੂੰ ਕੇਂਦਰ ਬਣਾਓ ਤੇ ਗੱਲ ਬਦਲ ਜਾਂਦੀ ਹੈ, ਗੱਲ ਬਦਲ ਜਾਂਦੀ ਹੈ। ਮੈਂ ਇੱਥੇ ਰੁਕਣਾ ਚਾਹੁੰਦਾ। ਪਹਿਲੀ ਲਾਈਨ ਹੈ, ਕਬੀਰ
ਪ੍ਰੀਤ ਇੱਕ ਸਿਉਂਕੀ ਆਨ ਡੁੱਬਦਾ ਜਾਏ। ਕਹਿਣ ਲੱਗੇ ਇੱਕ ਪ੍ਰਭੂ ਨੂੰ ਪਛਾਣ, ਉਹਦੇ ਨਾਲ ਪ੍ਰੀਤ ਕਰ, ਉਹਦੀ ਭਗਤੀ ਕਰ। ਏਕੋ ਜਪ, ਏਕੋ ਸਲਾਹ, ਏਕ ਸਿਮਰ, ਏਕੋ ਮਨਹਾ, ਏਕ ਉਸਕੇ ਗੁਣ ਗਾਓ, ਅਨੰਤ ਮੰਤਨ ਜਾਪ, ਏਕ ਭਗਵਨ ਪ੍ਰੀਤ ਏਕ ਸਿਉਂਕੀ। ਉਸ ਇੱਕ ਪ੍ਰਤੀ ਜੁੜਨ ਵੇਲੇ ਮਨ ਵਿੱਚ ਕੋਈ ਦੁਬਧਾ ਨਾ ਰੱਖ ਵੀ ਆਹ ਰੱਬ ਨਹੀਂ ਤੇ ਆਹ ਰੱਬ ਹੈ, ਇਹਨੂੰ ਨਾ ਮੰਨਣਾ ਤੇ ਇਹਦੀ ਉਪਾਸ਼ਨਾ ਸ਼ੁਰੂ ਕਰਦੇ ਹਾਂ। ਉਹਦੇ ਵਿੱਚ ਆਹ ਗੁਣ ਹੈ ਤੇ ਆਹ ਅਵਗੁਣ ਹੈ, ਬਸ ਇਹ ਦੁਬਧਾ ਕੱਢ ਦੇ। ਜੇ ਤੂੰ ਇਹ ਦੁਬਧਾ ਨਾ ਕੱਢ ਸਕਿਆ, ਪ੍ਰੀਤ ਇੱਕ ਨਾਲ ਨਾ ਕਰ ਸਕਿਆ, ਤਾਂ ਅਗਲੀ ਲਾਈਨ ਆ ਗਈ। ਫਿਰ ਮੇਰਾ ਬਾਣੇ ਬਣਾਉਣ ਨਾਲ, ਮੇਰਾ ਸਰੂਪ ਬਣਾਉਣ ਨਾਲ, ਭਾਵੇਂ ਰਿਸ਼ੀ ਹੋਵੇ ਕੇਸਾਂ ਵਾਲਾ ਤੇ ਭਾਵੇਂ ਮੁਨੀ ਹੋਵੇ ਮੁੰਨਿਆ ਹੋਇਆ, ਇੱਕ ਹੋਰ ਸ਼ਬਦ ਨਾ ਸਮਝ ਲਿਆ ਅਗਲੇ ਨਾਲ ਵੀ ਮੇਲ ਆਵੇਗਾ। ਉਹ ਹੈ ਜੋਗ ਨ ਥਿੰਥਾ, ਜੋਗ ਨ ਡੰਡੇ, ਜੋਗ ਨ ਭਸਮ ਚੜਾਈਏ। ਅਗਲੀ ਲਾਈਨ ਹੈ ਜੋਗ ਨ ਮੁੰਦੀ, ਅਗਲੀ ਲਾਈਨ ਹੈ ਮੂੰਡ ਮੁੰਡਾਈਏ। ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਮੁੰਨੀ ਸਨ, ਜਿਹਨਾਂ ਨੂੰ ਅਸੀਂ ਮੁਨੀ ਆਖਦੇ ਹਾਂ, ਉਹ ਵੀ ਸਮਝਦੇ ਸਨ ਵੀ ਰੱਬ ਨੂੰ ਮਿਲਣ ਲਈ ਇਹ ਰਾਹ ਹੈ, ਯੋਗ ਹੈ। ਤੇ ਜਿਹੜੇ ਰਿਸ਼ੀ ਸਨ, ਸੰਭਾਲ ਕਰਦੇ ਸਨ, ਜਟਾਵਾਂ ਰੱਖਦੇ ਸਨ, ਕੇਸ ਵਾਹੁੰਦੇ ਵੀ ਇਸ ਲਈ ਨਹੀਂ ਸਨ, ਸਾਫ਼ ਨਹੀਂ ਕਰਦੇ ਸਨ ਵੀ ਖੋਰੇ ਵਾਹੁਣ ਲੱਗੀਆਂ ਟੁੱਟ ਜਾਂਦੇ ਨੇ, ਇਹਨਾਂ ਨੂੰ ਇੰਨਾ ਸੰਭਾਲ ਕੇ ਰੱਖੋ, ਜਟਾਵਾਂ ਬਣ ਜਾਣ ਬੇਸ਼ੱਕ ਹੋ ਜਾਂਦੇ। ਰੱਬ ਇਸ ਤਰ੍ਹਾਂ ਰਾਜ਼ੀ ਹੁੰਦਾ। ਤੇ ਗੁਰੂ ਕਹਿੰਦੇ ਨੇ ਜੇ ਤੇਰੀ ਇੱਕ ਨਾਲ ਪ੍ਰੀਤ ਨਹੀਂ, ਇਹ ਸ਼ਰਤ ਤੇ ਖਲੋਤੀ ਹੈ ਇਹਦੀ ਗੱਲ, ਜੇ ਤੂੰ ਇੱਕ ਨਾਲ ਜੁੜਿਆ ਨਹੀਂ ਉੱਥੇ ਤੇਰੀ ਦੁਬਧਾ ਹੈ, ਤੇ ਤੇਰਾ ਬਾਕੀ ਬਾਣਾ ਬਾਕੀ ਸਰੂਪ ਕਿਸ ਲੇਖੇ ਹੈ। ਅੱਜ ਵੀ ਅਸੀਂ ਕਹਿੰਦੇ ਹਾਂ ਜੇ ਕਿਸੇ ਕੋਲ ਬਾਣੀ ਨਹੀਂ, ਜੇ ਕਿਸੇ ਕੋਲ ਗੁਰਮਤ ਨਹੀਂ, ਤੇ ਉੱਤੋਂ ਦੀ ਕਿਰਪਾ ਨੂੰ ਪਾ ਕੇ ਕੇਵਲ ਬਾਣਾ ਬਣਾਉਣ ਨਾਲ ਤਾਂ ਸਿੱਖੀ ਨਹੀਂ ਬਣ ਜਾਂਦੀ। ਬਾਣਾ ਸਾਡੀ ਨਿਸ਼ਾਨੀ ਹੈ, ਪਛਾਣ ਹੈ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਬਾਣਾ ਸਿੱਖ ਦੀ ਪਛਾਣ ਹੈ, ਚਾਹੀਦਾ, ਪਰ ਪਛਾਣ ਕਿਸ ਚੀਜ਼ ਦੀ? ਸਿੱਖੀ ਦੀ। ਇਹਦਾ ਮਤਲਬ ਬਾਣਾ ਸਿੱਖੀ ਨਹੀਂ, ਸਿੱਖੀ ਦੀ ਪਛਾਣ ਹੈ। ਨਿਸ਼ਾਨ ਸਾਹਿਬ ਦਾ ਮਤਲਬ ਕੀ ਹੈ? ਗੁਰਦੁਆਰੇ ਦੀ ਪਛਾਣ। ਪਰ ਨਿਸ਼ਾਨ ਸਾਹਿਬ ਗੁਰਦੁਆਰਾ ਨਹੀਂ,
ਗੁਰਦੁਆਰਾ ਪਹਿਲਾਂ ਬਣਨਾ ਨਿਸ਼ਾਨ ਸਾਹਿਬ ਫਿਰ ਲੱਗਣਾ, ਕਿਉਂਕਿ ਨਿਸ਼ਾਨ ਸਾਹਿਬ ਤਾਂ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਇਮਾਰਤ ਦੇ ਅੰਦਰ ਮੇਰਾ ਸਤਿਗੁਰੂ ਸ਼ਿਸ਼ੋਭਤ ਹੈ। ਇਹ ਰਾਜਾ ਮਹਾਰਾਜਾ ਦੇ ਵੀ ਹੁੰਦਾ ਸੀ, ਮੈਂ ਫਰੀਦਕੋਟ ਨਾਲ ਸੰਬੋਧਿਤ ਰਿਹਾ। ਸਵੇਰੇ ਰਾਜਾ ਫਰੀਦਕੋਟ ਕਿਲ੍ਹੇ ਵਿੱਚ ਚਲਾ ਜਾਂਦਾ ਸੀ, ਕਿਉਂਕਿ ਆਫਿਸ ਉੱਥੇ ਸਨ, ਦਫ਼ਤਰ ਉੱਥੇ ਸਨ। ਮੈਂ ਤੁਹਾਨੂੰ ਹੱਡ ਬੀਤੀ ਸੁਣਾ ਦਿਆ। ਜਦੋਂ ਸਵੇਰੇ ਉਹ ਮਹੱਲਾਂ ਵਿੱਚੋਂ ਕਿਲ੍ਹੇ ਵਿੱਚ ਜਾਂਦਾ ਸੀ ਨਾ, ਆਫਿਸ ਵਿੱਚ ਸਾਰਾ ਦਿਨ ਉੱਥੇ ਰਹਿੰਦਾ ਸੀ, ਉਦੋਂ ਮਹੱਲਾਂ ਦਾ ਝੰਡਾ ਨੀਵਾਂ ਕਰ ਦਿੱਤਾ ਜਾਂਦਾ ਸੀ ਅਤੇ ਕਿਲ੍ਹੇ ਦਾ ਨਿਸ਼ਾਨ ਝੰਡਾ ਚੜ ਜਾਂਦਾ ਸੀ, ਜਿਹੜਾ ਸਾਬਤ ਕਰਦਾ ਸੀ ਕਿ ਰਾਜਾ ਹੁਣ ਇੱਥੇ ਹੈ, ਮਹਿਲਾਂ ਵਿੱਚ ਨਹੀਂ। ਸ਼ਾਮਾਂ ਨੂੰ ਜਦੋਂ ਆਫਿਸ ਬੰਦ ਹੁੰਦਾ ਤੇ ਰਾਜਾ ਕਿਲ੍ਹੇ ਵਿੱਚੋਂ ਵਾਪਸ, ਮਹਾਰਾਜਾ ਹਰਿੰਦਰ ਸਿੰਘ ਮੈਂ ਸੰਬੰਧਿਤ ਰਹਿਣਾ, ਸ਼ਾਮਾਂ ਨੂੰ ਜਦੋਂ ਕਿਲ੍ਹੇ ਵਿੱਚੋਂ ਵਾਪਸ ਮਹਿਲਾਂ ਵਿੱਚ ਆਉਂਦਾ ਤਾਂ ਕਿਲ੍ਹੇ ਦਾ ਝੰਡਾ ਨੀਵਾਂ ਕਰ ਦਿੱਤਾ ਜਾਂਦਾ ਤੇ ਮਹਿਲ ਵਿੱਚ ਖੇਡ ਝੰਡਾ ਚੜ ਜਾਂਦਾ, ਕਿਉਂਕਿ ਇਸ ਗੱਲ ਦੀ ਨਿਸ਼ਾਨੀ ਹੈ ਕਿ ਰਾਜਾ ਇੱਥੇ ਬੈਠਾ। ਹੁਣ ਨਿਸ਼ਾਨ ਸਾਹਿਬ ਇਸ ਗੱਲ ਦੀ ਨਿਸ਼ਾਨੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਇੱਥੇ ਬੈਠੇ ਪਛਾਣ। ਤੇ ਜੇ ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਹੋਵੇ, ਇਮਾਰਤ ਵੀ ਬੜੀ ਖੂਬਸੂਰਤ ਬਣਾ ਲਈ ਜਾਏ, ਨਿਸ਼ਾਨ ਸਾਹਿਬ ਵੀ ਚੜਾ ਦਿੱਤਾ ਜਾਏ, ਕੀ ਅਵਗਿਆ ਨਹੀਂ ਹੋਏਗੀ, ਗਲਤੀ ਨਹੀਂ ਹੋਏਗੀ, ਕਿਉਂਕਿ ਨਿਸ਼ਾਨ ਸਾਹਿਬ ਤਾਂ ਗੁਰੂ ਨਹੀਂ, ਗੁਰੂ ਤਾਂ ਅੰਦਰ ਬੈਠਾ। ਉਹ ਭਲਿਆ ਸਿੱਖੀ ਨਿਸ਼ਾਨ ਸਾਹਿਬ ਨਹੀਂ, ਸਿੱਖੀ ਦੀ ਨਿਸ਼ਾਨੀ ਪਛਾਣ ਹੈ ਨਿਸ਼ਾਨ ਸਾਹਿਬ। ਸਿੱਖੀ ਤਾਂ ਬਾਣੀ ਰੂਪ ਅੰਦਰ ਬੈਠੀ ਹੈ, ਬਾਣਾ ਬਾਹਰ ਹੈ, ਬਾਣੀ ਅੰਦਰ ਹੈ। ਜੇ ਅੰਦਰ ਬਾਣੀ ਰੂਪ ਗੁਰੂ ਨਹੀਂ, ਬਾਣੀ ਗੁਰੂ, ਗੁਰੂ ਹੈ ਬਾਣੀ, ਅਸੀਂ ਰੋਜ਼ ਪੜ੍ਹਨੇ। ਜੇ ਅੰਦਰ ਬਾਣੀ ਰੂਪ ਗੁਰੂ ਨਹੀਂ ਤੇ ਤੂੰ ਨਿਸ਼ਾਨ ਸਾਹਿਬ ਚੜ੍ਹਾਈ ਫਿਰੇ ਬੜੇ ਖੂਬਸੂਰਤ ਬਣਾ ਕੇ ਅਵਗਿਆ ਨੇ। ਜਦੋਂ ਇਸ ਰੂਪ ਵਿੱਚ ਦੇਖੇਗਾ ਨਾ, ਇਸ ਲਾਈਨ ਦੀ ਗੱਲ ਬਿਲਕੁਲ ਸਪਸ਼ਟ ਹੋ ਜਾਏਗੀ ਕਿ ਬਾਬਾ ਕਬੀਰ ਕਹਿੰਦੇ ਨੇ ਭਲਿਆ, ਜੇ ਤੇਰੇ ਅੰਦਰ ਇੱਕ ਰੱਬ ਨਹੀਂ, ਇੱਕ ਪ੍ਰਭੂ ਦੀ ਪ੍ਰੀਤ ਨਹੀਂ, ਉਹਦੇ ਨਾਲ ਜੁੜਿਆ ਹੋਇਆ ਨਹੀਂ, ਤੇ ਐਵੇਂ ਨਿਸ਼ਾਨ ਸਾਹਿਬ ਭਾਵੇਂ ਬਣਾ ਭਾਵੇਂ ਨਾ ਬਣਾ, ਮੇਰਾ ਬਾਣਾ ਹੀ ਸਭ ਕੁਝ ਨਹੀਂ, ਦਿਖਾਵਾ ਹੈ, ਗੁਰੂ ਆਪਣੀ ਕਸਮ ਤੋਂ ਕਹਿੰਦੇ ਨੇ। ਕਬੀਰ ਪ੍ਰੀਤ ਇੱਕ ਸ਼ੋਕੀ ਹੈ, ਆਣ ਡੁੱਬਦਾ ਜਾਏ, ਜੇ ਦੁਬਦਾ ਨਹੀਂ ਗਈ, ਜੇ ਇੱਕ ਨਾਲ ਪ੍ਰੀਤ ਨਹੀਂ ਪਈ ਤਾਂ ਫਿਰ ਵਿਸ਼ਵਾਸ ਕਰ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰ ਮੁੰਡਾਏ। ਜਿੰਨੀ ਦੇਰ ਉਸ ਗੱਲ ਨੂੰ ਪਹਿਲਾਂ ਨਹੀਂ ਜੋੜੇਗਾ, ਇਹਦੇ ਅਰਥ ਬਦਲ ਜਾਣਗੇ, ਇਹਦਾ ਪ੍ਰਭਾਵ ਬਦਲ ਜਾਏਗਾ। ਹੁਣ ਇੱਕ ਨਾਲ ਪ੍ਰੀਤ ਕਿਵੇਂ ਹੋਵੇ, ਲਓ ਅਗਲਾ ਸ਼ਲੋਕ ਆ ਗਿਆ। ਇੱਕ ਨਾਲ ਪ੍ਰੀਤ ਕਿਵੇਂ ਹੋਵੇ,
ਕਬੀਰ ਜੱਗ ਕਾਜਰ ਕੀ ਕੋਠਰੀ ਸੰਸਾਰ ਕਾਲਖ ਦੀ ਕੋਠੜੀ ਹੈ। ਮੈਂ ਹੈਰਾਨ ਹੋਣਾ ਗੁਰਬਾਣੀ ਨੂੰ ਵਿਚਾਰਨ ਲੱਗਿਆ ਜਦੋਂ ਅੱਗੇ ਤੁਰਨਾ ਇਹ ਕਾਜਰ ਦੀ ਕੋਠੜੀ ਲਫ਼ਜ਼ ਇੱਕ ਥਾਂ ਤੇ ਨਹੀਂ। ਹੁਣ ਰੱਬ ਦਾ ਟਿਕਾਣਾ ਵੀ ਜੱਗ ਕੋਠੜੀ ਕਹਿ ਕੇ ਕਰ ਦਿੱਤਾ। ਆਪਾਂ ਰੋਜ਼ ਪੜ੍ਹਨੇ ਆਸਾ ਦੀ ਵਾਰ ਵਿੱਚ ਇਹ ਜੱਗ ਪਛਾਣਨ ਦੀ ਲੋੜ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਵਿੱਚ ਵਸਦਾ ਵੀ ਹੈ, ਹੈ ਵੀ ਕੋਠੜੀ ਹੈ ਵੀ ਜੱਗ ਤੇ ਉਧਰ ਇਹ ਲਫ਼ਜ਼ ਵੀ ਕਹਿ ਦਿੱਤੇ ਕਬੀਰ ਜੱਗ ਕਾਜਰ ਕੀ ਕੋਠੜੀ ਅੰਧ ਪਰੇ ਕਿਸਮਾਹ ਲੋ ਇੱਥੇ ਸੱਚ ਵਸਦਾ ਸੱਚੇ ਕਾ ਵਿੱਚ ਵਾਸ ਇੱਥੇ ਵੀ ਜੱਗ ਕੋਠੜੀ ਹੈ ਇਸ ਕੋਠੜੀ ਵਿੱਚ ਉੱਥੇ ਵੀ ਜੱਗ ਕੋਠੜੀ ਸਾਨੂੰ ਪਛਾਣਨਾ ਹੋਏਗਾ ਸਮਝਣਾ ਹੋਏਗਾ ਇਸ ਗੱਲ ਨੂੰ ਉੱਥੇ ਅੰਧ ਪਰੇ ਕਿਸਮਾਂ ਹੈ ਕੀ ਕਾਰਨ ਹੈ ਰੱਬ ਵੀ ਇਹ ਤਾਂ ਹੈ ਨੀ ਕਿ ਜੱਗ ਬਦਲ ਗਿਆ ਰੱਬ ਵਾਸਤੇ ਜੱਗ ਤੇ ਉਹ ਹੀ ਜੇ ਉਹ ਕਾਜਰ ਦੀ ਕੋਠੜੀ ਹੈ ਤਾਂ ਉਹ ਹੀ ਜਿੰਦੇ ਚ ਰੱਬ ਰਹਿੰਦਾ ਵੱਖਰਾ ਜੱਗ ਤਾਂ ਕਹੀਏ ਨਾ ਰੱਬ ਨੇ ਆਪਣੇ ਵਾਸਤੇ ਜੱਗ ਕੋਈ ਹੋਰ ਬਣਾਇਆ ਸਾਡੇ ਵਾਸਤੇ ਜੱਗ ਕੋਈ ਹੋਰ ਬਣਾਇਆ ਜੱਗ ਤੇ ਉਹ ਹੀ ਉਹ ਕਾਜਰ ਦੀ ਕੋਠੜੀ ਉਹਦੇ ਵਿੱਚ ਅੰਧ ਪਰੇ ਤਸਮਾਏ ਉਹਦੇ ਵਿੱਚ ਹੀ ਸੱਚੇ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕੰਮ ਚ ਵਾਸ ਕੀ ਕਾਰਨ ਹੈ ਰੱਬ ਵਾਸਤੇ ਤੇ ਮਨੁੱਖ ਵਾਸਤੇ ਇੱਕ ਉਲਾਂਭੇ ਭਰਿਆ ਹੁਕਮ ਕਰ ਦਿੱਤਾ ਉਸ ਸਮੇਂ ਹੁਣੇ ਇੱਕ ਤੁਕ ਆਈ ਸੀ ਜੋਗ ਨਾ ਖਿੰਥਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਏ ਅਗਲੀ ਤੋਪੜ ਅੰਜਨ ਮਾਹੇ ਅੰਜਨ ਕੀ ਹੈ
ਕਾਜਲ ਅਸੀਂ ਉਸਨੂੰ ਕਜਲਾ ਵੀ ਕਹਿੰਦੇ ਹਾਂ, ਕਾਲਾ ਹੁੰਦਾ ਕਾਲਕ ਤੇ ਅੰਜਨ ਵੀ ਉਸਨੂੰ ਕਹਿੰਦਾ ਜਿਹੜਾ ਸੁਰਮਾ ਅੱਖਾਂ ਵਿੱਚ ਪਾਈਦਾ ਉਹਨੂੰ ਅੰਜਨ ਆਖਦੇ ਨੇ। ਸਿੰਘ ਨੇ ਬਾਣੀ ਵਿੱਚ ਆਖਿਆ ਅੰਜਨ ਦੇ ਸਵੇ ਕੋਈ ਟੁੱਕ ਚਾਹਣ ਮੈਂ ਵਿਵੇਕ, ਅੰਜਨ ਵੀ ਕਾਲਾ ਕਾਜਰ ਵੀ ਕਾਲਾ। ਕਾਜਰ ਤੇ ਅੰਜਨ ਇਹ ਦੋ ਨਾਂ ਇੱਕੋ ਚੀਜ਼ ਦੇ ਨੇ। ਹੁਣ ਅੰਜਨ ਵਿੱਚ ਰਹਿੰਦਾ ਤੇ ਉਧਰ ਕੀ ਹੈ ਜੱਗ, ਕਾਜਰ ਕੀ ਕੋਠੜੀ ਅੰਜਨ ਅੰਧ ਪਰੇ ਤੇ ਸਮਾਂ ਦੋਵਾਂ ਦਾ ਫਰਕ ਪੈ ਗਿਆ ਨਾ। ਕੀ ਗੱਲ ਹੈ, ਰੱਬ ਕਾਲਾ ਨਹੀਂ ਹੁੰਦਾ, ਰਹਿੰਦਾ ਕਾਜਰ ਦੀ ਕੋਠੜੀ ਵਿੱਚ। ਉਹ ਮਹਾਨ ਕਿਉਂ ਹੈ? ਕਿਉਂਕਿ ਗੁਰਬਾਣੀ ਦੀ ਇੱਕ ਲਫ਼ਜ਼ ਹੈ ਕਾਜਰ ਕੋਠ ਮੈਂ, ਕਾਜਰ ਕੋਠ ਮੈਂ ਭਾਈ ਨਾ ਕਾਲੀ। ਕਾਜਰ ਦੀ ਕੋਠੜੀ ਵਿੱਚ ਕਾਲਾ ਨਹੀਂ ਹੋ ਗਿਆ, ਉੱਥੇ ਵੀ ਉਹਦਾ ਵਰਨ ਸਫੈਦ ਹੈ। ਕਾਜਰ ਕੋਠ ਮੈਂ ਭਈ ਨਾ ਪਾਕਾਰੀ, ਨਿਰਮਲ ਵਰਨ ਬਣਿਓਰੀ। ਫਰਕ ਕੀ ਹੈ? ਕਿਉਂਕਿ ਰੱਬ ਗਿਆਨ ਹੈ, ਰੱਬ ਅੰਧਲਾ ਨਹੀਂ, ਰੱਬ ਅੰਧਲਾ ਨਹੀਂ। ਸਭ ਕੇ ਬਾਅਦ ਅਲਗ ਤੁਰ ਹੈ, ਸੰਸਾਰ ਦੀ ਇਸ ਕਾਜਰ ਕੋਠੜੀ ਵਿੱਚ ਰਹਿੰਦਾ। ਅੰਜਨ ਮਾਹੇ ਨਿਰੰਜਨ ਰਹੀਏ, ਉਹ ਅੰਜਨ ਦੇ ਵਿੱਚ ਹੁੰਦਾ ਹੋਇਆ ਵੀ ਨਿਰੰਜਨ ਹੈ, ਇਸ ਲਈ ਤਾਂ ਉਹ ਨਿਰੰਜਨ ਹੈ ਕਿਉਂਕਿ ਕਾਲਾ ਨਹੀਂ ਹੁੰਦਾ, ਅੰਜਨ ਕਾਲਾ, ਇਸ ਲਈ ਉਸਨੂੰ ਨਿਰੰਜਨ ਆਖਿਆ ਗਿਆ ਤੇ ਰਹਿੰਦਾ ਅੰਜਨ ਵਿੱਚ। ਸੰਸਾਰ ਵਿੱਚ ਹੀ ਰੱਬ ਰਹਿੰਦਾ ਹੈ, ਸੰਸਾਰ ਦਾ ਜੱਗ ਨਿਰੰਕਾਰ ਦਾ ਜੱਗ ਕੋਈ ਵੱਖਰਾ ਨਹੀਂ ਹੈ। ਜੱਗ ਸੱਚੇ ਕੀ ਹੈ ਕੋਠੜੀ, ਜੱਗ ਕਾਜਰ ਕੀ ਕੋਠੜੀ, ਉਹਦਾ ਜੱਗ ਕੋਈ ਵੱਖਰਾ ਨਹੀਂ, ਸਾਡਾ ਜੱਗ ਕੋਈ ਵੱਖਰਾ ਨਹੀਂ। ਸਿਰਫ ਫਰਕ ਇੰਨਾ ਹੈ ਉਹ ਚਾਨਣ ਰੂਪ ਹੈ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਅਧੀਰਾ ਨੇ, ਅਸੀਂ ਅੰਧ ਭਰੇ ਤੇ ਸਮਾਏ। ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਪੇਖਤ ਚਾਖਤ ਕਹੀਅਤ ਅੰਧਾ, ਸੁਣੀਏ ਤੇ ਸੁਣੀਏ ਨਾ। ਸਾਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਬਾਣੀ ਨੇ, ਗਿਆਨ ਅੰਜਨ ਗੁਰ ਦੀਆ। ਗੁਰੂ ਨੇ ਆਖਿਆ ਤੂੰ ਭਰਾ ਗਿਆਨ ਦਾ ਅੰਜਨ ਲੈ ਲੈ, ਤੂੰ ਵੀ ਇਸ ਜੱਗ ਵਿੱਚ ਰਹਿਣਾ ਹੈ। ਜੇ ਅੰਜਨ ਵਾਲਾ ਪ੍ਰਭੂ ਜਿਹੜਾ ਹੈ ਉਹ ਅੰਜਨ ਵਿੱਚ ਰਹਿੰਦੇ ਹੋਇਆ ਨਿਰੰਜਨ ਹੈ, ਤੇ ਜੇ ਤੂੰ ਗਿਆਨ ਅੰਜਨ ਲੈ ਲਵੇਂ ਤੇ ਤੂੰ ਹੀ ਨਿਰੰਜਨ ਤਰ੍ਹਾਂ ਇਸ ਸੰਸਾਰ ਵਿੱਚ ਰਹਿ ਸਕਣਾ, ਤਾਂ ਫਰਕ ਹੈ। ਪਰ ਹੋ ਉਲਟ ਰਿਹਾ, ਰੱਬ ਵੀ ਇਸੇ ਸੰਸਾਰ ਵਿੱਚ ਹੈ, ਇਹ ਜੱਗ ਉਸ ਦੀ ਕੋਠੜੀ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਤੇ ਅਸੀਂ ਵੀ ਉਸੇ ਸੰਸਾਰ ਵਿੱਚ ਰਹਿ ਰਹੇ ਹਾਂ। ਜੱਗ ਕਾਜਰ ਕੀ ਕੋਠੜੀ, ਸਿਰਫ ਫਰਕ ਇਹ ਹੈ ਕਿ ਉਹ ਚਾਨਣ ਰੂਪ ਹੋ ਕੇ ਰਹਿ ਰਿਹਾ,
ਅਸੀਂ ਅੰਧ ਪਰੇ ਤੇ ਸਮਾਏ ਹੋ ਕੇ ਰਹਿ ਰਹੇ ਹਾਂ, ਦੋਵਾਂ ਦਾ ਫਰਕ ਹੈ। ਅਸੀਂ ਗਿਆਨਹੀਨ ਅਗਿਆਨ ਪੂਜਾ ਕਰ ਰਹੇ ਹਾਂ, ਅਸੀਂ ਗਿਆਨਹੀਨ ਹਾਂ। ਸਗੋਂ ਬਾਣੀ ਵਿੱਚ ਕਹਿੰਦੇ ਨੇ ਅਗਿਆਨੀ ਮਨੁੱਖ ਭਾਇਆ, ਮਨੁੱਖ ਜਿਹੜਾ ਸੀ ਉਹ ਅਗਿਆਨੀ ਹੋ ਗਿਆ, ਗਿਆਨਵਾਨ ਨਹੀਂ ਹੋਇਆ। ਦੁੱਖ ਤਾਂ ਇਸ ਗੱਲ ਦਾ, ਗਿਆਨ ਦੇ ਦਾਤੇ ਗੁਰੂ ਕੋਲ ਬੈਠ ਕੇ ਵੀ ਗਿਆਨੀ ਨਹੀਂ ਹੋ ਰਿਹਾ, ਗਿਆਨਵਾਨ ਨਹੀਂ ਹੋ ਰਿਹਾ। ਗਿਆਨ ਰੂਪ ਬਾਣੀ ਪੜ੍ਹ ਕੇ ਵੀ ਗਿਆਨਵਾਨ ਨਹੀਂ ਹੋ ਰਿਹਾ। ਗਿਆਨ ਦੇ ਸਿੰਘਾਸਨ ਤੇ ਬੈਠੇ ਹੋਏ ਗੁਰੂ ਦੇ ਦੁਆਲੇ ਪ੍ਰਕਰਮਾ ਕਰਕੇ ਮੱਥੇ ਟੇਕ ਕੇ ਵੀ ਗਿਆਨੀ ਨਹੀਂ ਹੋ ਰਿਹਾ। ਅੰਦਰ ਆਈਏ ਤੇ ਅੰਦਰਲਾ ਜਿਹੜਾ ਹੈ ਉਹ ਕਿਵੇਂ ਨਿਕਲੇ ਇਸ ਅੰਜਨ ਦੀ ਕੋਠੜੀ ਵਿੱਚੋਂ, ਅਲਿਫ ਤੋਂ ਕਿਵੇਂ ਹੋਵੇ ਬਾਹਰ ਕਿਵੇਂ ਨਿਕਲੇ। ਅੰਦਰ ਉਹਨੂੰ ਤਾਂ ਰਸਤਾ ਨਹੀਂ ਮਿਲ ਰਿਹਾ ਬਾਹਰ ਨਿਕਲਣ ਦਾ, ਰੱਬ ਅੰਦਰਲਾ ਨਹੀਂ, ਉਹ ਗਿਆਨ ਰੂਪ ਹੈ ਰਹਿੰਦਾ, ਉਹ ਵੀ ਇਸੇ ਸੰਸਾਰ ਵਿੱਚ ਹੈ ਜਿਹੜਾ ਜੱਗ ਕਾਜਰ ਕੀ ਕੋਠੜੀ ਹੈ, ਪਰ ਉਹ ਗਿਆਨ ਰੂਪ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਉਹ ਨਿਰੰਕਾਰ ਜਿਹੜਾ ਹੈ ਉਹ ਗਿਆਨ ਰੂਪ ਹੈ, ਇਸੇ ਸੰਸਾਰ ਵਿੱਚ ਰਹਿੰਦਾ ਪਰ ਉਹ ਕਾਲਾ ਨਹੀਂ ਹੁੰਦਾ। ਸਭ ਕੈ ਮਦ ਅਲਪ ਤੋਂ ਰਹੇ, ਅੰਜਨ ਮਾਹੇ ਨਿਰੰਜਨ ਰਹੀਏ। ਉਹ ਭਰਿਆ ਤੈਨੂੰ ਵੀ ਉਹ ਅੱਖਾਂ ਦਾ ਕਾਜਲ, ਅੱਖਾਂ ਦਾ ਅੰਜਨ ਗੁਰੂ ਦੇਣਾ ਚਾਹੁੰਦਾ ਹੈ। ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼, ਤਾਂ ਕਿ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਏ। ਪਰ ਤੂੰ ਤੇ ਪੇਖਤ ਚਾਖਤ ਕਈਅਤ ਅੰਧਾ, ਤੂੰ ਗਿਆਨ ਦਾ ਚਾਨਣ ਨਹੀਂ ਪ੍ਰਾਪਤ ਕਰ ਰਿਹਾ, ਇਸ ਲਈ ਇੱਕ ਤਾਂ ਕਾਜਰ ਦੀ ਕੋਠੜੀ ਵਿੱਚ ਬਹਿ ਗਿਆ, ਦੂਜਾ ਗਿਆਨ ਦਾ ਚਾਨਣ ਨਾ ਹੋਣ ਕਰਕੇ ਤੈਨੂੰ ਰਸਤਾ ਹੀ ਨਹੀਂ ਮਿਲ ਰਿਹਾ ਇਹਦੇ ਚੋਂ ਨਿਕਲਣ ਦਾ। ਗੁਰੂ ਨੂੰ ਆਖਣਾ ਪਿਆ, ਬਾਬਾ ਕਬੀਰ ਜੀ ਦੇ ਰਸਮਾਂ ਤੇ ਬੈਠ ਕੇ ਇਹ ਗੱਲ ਸਮਝਾਉਣੀ ਪਈ ਕਿ ਜੱਗ ਕਾਜਰ ਕੀ ਕੋਠੜੀ ਅੰਧ ਪਰੇ ਤੇ ਸਮਾਏ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਇੱਕ ਕਾਜਰ ਦੀ ਕੋਠੜੀ, ਇੱਕ ਉਹਦੇ ਵਿੱਚ ਅੰਧਾ ਆ ਕੇ ਬਹਿ ਗਿਆ। ਉਹ ਗਿਆਨ ਦੀ ਚਾਨਣ, ਗਿਆਨ ਦੀ ਲੋ, ਗਿਆਨ ਦੀ ਰੋਸ਼ਨੀ ਲੈਣਾ ਹੀ ਨਹੀਂ ਚਾਹੁੰਦਾ। ਕਹਿੰਦੇ ਨੇ ਪਰ ਮੈਂ ਕੁਰਬਾਨ ਹਾਂ ਉਹਨਾਂ ਤੋਂ ਜਿਹੜੇ ਇਸ ਕਾਜਰ ਦੀ ਕੋਠੜੀ ਰੂਪੀ ਸੰਸਾਰ ਵਿੱਚ ਰਹਿ ਕੇ ਆਪਣੇ ਆਪ ਨੂੰ ਇਹਦੇ ਵਿੱਚੋਂ ਕੱਢ ਲੈਂਦੇ ਨੇ। ਕਹਿੰਦੇ ਨੇ ਹਾਂ ਭਲੇ ਹਾਂ ਜਾ
मन डूबदा जा। बस जिस दिन इस काजल दी कोठरी विच ज्ञान दा प्रकाश लाए के तुरेगा तेनू रस्ता मिल जाएगा, फिर तेरी प्रीत भी उस प्रभु नाल होएगी, ते विश्वास कर तेरे मन विच कदी उस मालिक प्रति दुबदा भी नहीं पैदा होएगी, जीवन दुबदा रहे तो हो जाएगा। गुरु कहने ने ਕਾਲਖ ਦੀ ਅੰਧੇਰੀ ਰਾਤ ਵਿੱਚ ਫਸੇ ਹੋਣ ਕਰਕੇ, ਇਸ ਕਾਜਲ ਦੀ ਕੋਠਰੀ ਵਿੱਚ ਫਸੇ ਹੋਣ ਕਰਕੇ ਦੁਬਦਾ ਵਿੱਚ ਪਿਆ ਹੋਇਆ ਹੈ, ਉਸ ਨਾਲ ਪ੍ਰੀਤ ਨਹੀਂ ਬਣਦੀ। ਉਨੀ ਦੇਰ ਨਿਰੇ ਦਿਖਾਵੇ ਅਤੇ ਨਿਰੇ ਬਾਣਿਆਂ ਨਾਲ ਤੂੰ ਉਹਨੂੰ ਪ੍ਰਵਾਨ ਨਹੀਂ ਚੜ ਸਕੇਗਾ। ਗੁਰੂ ਕਹਿੰਦੇ ਨੇ ਇਸ ਲਈ ਪਹਿਲਾਂ ਅੰਦਰ ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਸ 'ਤੇ ਵਿਸ਼ਵਾਸ ਕਰ, ਬਾਣੀ ਦੇ ਚਾਨਣ ਨੂੰ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ। ਜੇ ਭਾਗਾਂ ਨਾਲ ਤੇਰੇ ਅੰਦਰ ਗੁਰਬਾਣੀ ਦੀ ਰੋਸ਼ਨੀ ਪੈਦਾ ਹੋ ਜਾਏ, ਸਿਰਫ ਮੱਥੇ ਹੀ ਨਾ ਟੇਕੇ, ਸਿਰਫ ਰੁਮਾਲੇ ਹੀ ਨਾ ਚੜਾਵੇ, ਤੇਰੇ ਅੰਦਰ ਗੁਰਬਾਣੀ ਦੀ ਰੋਸ਼ਨੀ ਪੈਦਾ ਹੋ ਜਾਏ, ਫਿਰ ਤੂੰ ਵਿਸ਼ਵਾਸ ਕਰ, ਇਹ ਸਾਰੀ ਦੁਬਦਾ ਖਤਮ ਹੋ ਜਾਏਗੀ, ਇੱਕ ਪ੍ਰਭੂ ਨਾਲ ਪ੍ਰੀਤ ਬਣ ਆਏਗੀ। ਫਿਰ ਤੂੰ ਜਿਸ ਬਾਣੇ ਵਿੱਚ ਵੀ ਹੋਏਗਾ, ਅੱਜ ਤੇ ਤੇਰਾ ਝਗੜਾ ਇਹ ਹੈ ਪੈਂਟ ਪਾਉਣ ਵਾਲਾ ਸਿੱਖ ਨਹੀਂ, ਦਾੜੇ ਬੰਨਣ ਵਾਲਾ ਸਿੱਖ ਨਹੀਂ, ਕਿੰਨੀਆਂ ਕਿੰਨੀਆਂ ਕੁ ਚੀਜ਼ਾਂ ਤੋਂ ਆਪਣੇ ਜੀਵਨ ਅੰਦਰ ਸਿੱਖੀ ਦੀ ਪਛਾਣ ਬਣਾ ਬੈਠਾ ਹੈ। ਪਰ ਰੱਬੀ ਪ੍ਰੀਤ ਸਭ ਤੋਂ ਵੱਡੀ ਪਛਾਣ ਹੈ ਸਿੱਖੀ ਦੀ, ਜਿਹੜੀ ਤੇਰੇ ਕੋਲ ਨਹੀਂ। ਇੱਕੋ ਗੁਰੂ ਬਾਣੀ ਦਾ ਗਿਆਨ ਹੈ ਸਿੱਖੀ ਦੀ ਮੁੱਢਲੀ ਪਛਾਣ, ਜਿਹੜੀ ਤੇਰੇ ਕੋਲ ਨਹੀਂ। ਇਸ ਲਈ ਦੂਰ ਬੈਠਾ ਹੈ ਇਹਨਾਂ ਸ਼ਬਦਾਂ ਨਾਲ ਕਿ ਮੰਦਾ ਜਾ ਚੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।